ਸਿੱਖਿਆ ਮੰਤਰੀ ਹਰਜੋਤ ਪੈਂਸ ਨੇ ਪਿਛਲੀਆਂ ਸਰਕਾਰਾਂ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਿਰਫ ਨਾਰੇ ਹੀ ਲੱਗਦੇ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਉੱਤੇ ਰੁਜ਼ਗਾਰ ਮਿਲ ਰਿਹਾ ਤੇ ਹੁਣ ਤੱਕ ਤਕਰੀਬਨ 36,000 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਨੇ। ਮੰਤਰੀ ਹਰਜੋਤ ਪੈਂਸ ਨੇ ਵਿਰਾਸਤੇ ਖਾਲਸਾ ਦੇ ਆਡੀਟੋਰੀਅਮ 'ਚ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਵੱਲੋਂ ਇੱਥੇ 41 ਹੈਲਪਰ ਤੇ 10 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਪਿਛਲੀਆਂ ਸਰਕਾਰਾਂ ਦੇ ਵਿੱਚ ਸਿਰਫ ਨਾਰੇ ਲੱਗਦੇ ਰਹੇ ਘਰ ਘਰ ਰੋਜ਼ਗਾਰ ਦੇਵਾਂਗੇ, ਪਰ ਹਕੀਕਤ ਤੋਂ ਬਹੁਤ ਦੂਰ ਸੀਗਾ। ਤੁਸੀਂ ਵੀ ਦੇਖਿਆ ਤੁਹਾਡੇ ਪਿੰਡ ਵਿੱਚ, ਤੁਹਾਡੇ ਮੁਹੱਲੇ 'ਚ ਕਦੀ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਪਰ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜਿਨ੍ਹਾਂ ਨੇ 36,000 ਨਿਯੁਕਤੀ ਪੱਤਰ ਹੁਣ ਤੱਕ ਵੰਡ ਕੇ ਨੌਕਰੀਆਂ 'ਤੇ ਜਾ ਚੁੱਕੇ ਅਤੇ ਹਜ਼ਾਰਾਂ ਦੀ ਭਰਤੀ ਇਸ ਵਕਤ ਪ੍ਰੋਸੈਸ ਵਿੱਚ ਹੈ ਮੇਰੇ ਸਿੱਖਿਆ ਮਹਿਕਮੇ ਦੇ ਵਿੱਚ ਹੈ। ਅਤੇ ਇਹ ਅੰਕੜਾ ਹਰ ਰੋਜ਼ ਵੱਧ ਰਿਹਾ, ਚਾਹੇ ਉਹ ਪੁਲਿਸ ਮਹਿਕਮਾ ਹੋਵੇ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਇਰੀਗੇਸ਼ਨ ਹੋਵੇ, ਚਾਹੇ ਪਾਵਰ ਕੌਮ ਹੋਵੇ, ਹਰ ਮਹਿਕਮੇ ਦੇ ਵਿੱਚ ਹਰ ਲੈਵਲ ਦੀ ਭਰਤੀ ਹੋ ਰਹੀ ਹੈ। ਅਤੇ ਅੱਜ ਇਸੀ ਤਹਿਤ 51 ਜਿਹੜੇ ਹੈ ਆਂਗਨਵਾੜੀ ਵਰਕਰਸ, ਹੈਲਪਰਸ, ਅਸਿਸਟੈਂਟਸ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਅਤੇ ਬਹੁਤ ਖੁਸ਼ੀ ਹੋਈ। ਉਧਰ ਨਿਯੁਕਤੀ ਪੱਤਰ ਮਿਲਣ ਮਗਰੋਂ ਆਂਗਨਵਾੜੀ ਵਰਕਰਾਂ ਬਾਗੋ ਬਾਗ ਨਜ਼ਰ ਆਈਆਂ। ਸਰ, ਮੇਰਾ ਨਾਮ ਸੁਸ਼ਮਾ ਕੁਮਾਰੀ ਹੈ ਅਤੇ ਮੈਂ ਪਿੰਡ ਮੇਘਪੁਰ ਤੋਂ। ਅਤੇ ਸਰ, ਮੈਨੂੰ ਅੱਜ ਬਹੁਤ ਖੁਸ਼ੀ ਹੈ, ਸਾਨੂੰ ਨਿਯੁਕਤੀ ਪੱਤਰ ਸਰ ਨੇ ਦਿੱਤੇ ਹੈ, ਬੈਂਸ ਸਾਹਿਬ ਨੇ। ਅਤੇ ਸਰ, ਆਪਾਂ ਬਸ ਇਹੀ ਉਮੀਦ ਕਰਦੇ ਹਾਂ ਸਰ ਵੀ ਬਾਕੀਆਂ ਨੂੰ ਵੀ ਮੌਕਾ ਮਿਲੇ ਅੱਗੇ, ਹੈ ਨਾ। ਅਤੇ ਜੇ ਸਾਨੂੰ ਜੋ ਵੀ ਹੁਣ ਅੱਜ ਆਫਰ ਲੈਟਰ ਮਿਲਿਆ ਜਾਂ ਕੁਛ ਵੀ ਹੈ, ਆਪਾਂ ਹੁਣ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਕਰਾਂਗੇ। ਸਾਨੂੰ ਇਸ ਕਾਬਿਲ ਸਰਕਾਰ ਨੇ ਸਮਝਿਆ ਹੈ। ਅਤੇ ਸਭ ਤੋਂ ਵੱਡੀ ਗੱਲ ਸਰ ਇਹ ਹੈ ਕਿ ਮੈਰਿਟ ਤੋਂ ਆਧਾਰ 'ਤੇ ਸਾਡੀ ਨਿਯੁਕਤੀ ਹੋਈ ਹੈ, ਇਹ ਸਭ ਤੋਂ ਵਧੀਆ ਗੱਲ ਹੋਈ ਹੈ। ਸਰ, ਸਰ ਮੈਂ ਬੈਂਸ ਸਾਹਿਬ ਜੀ ਦਾ ਕਰਨਾ ਚਾਹੁੰਦੀ ਹਾਂ। ਹਾਂਜੀ, ਅਤੇ ਸਰ ਉਹ ਸਾਡੇ ਏਰੀਆ 'ਚ ਵੀ ਕਾਫੀ ਵਾਰ ਹਰਕਤ ਕਰ ਚੁੱਕੇ ਆ ਪਹਿਲੇ। ਹਾਂਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸਮ੍ਰਿਤੀ, ਮੈਂ ਪਿੰਡ ਝਿੰਜੜੀ ਤੋਂ ਹਾਂ। ਅਤੇ ਮੈਂ ਇਹ ਸਭ ਤੋਂ ਪਹਿਲਾਂ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਚੀਜ਼ ਦੀ ਕਿ ਅੱਜ ਸਾਨੂੰ ਨਿਯੁਕਤੀ ਪੱਤਰ ਮਿਲਿਆ। ਇਹਦੇ ਵਿੱਚ ਕਿਸੇ ਦੀ ਵੀ ਸਿਫਾਰਿਸ਼ ਨਹੀਂ ਚੱਲੀ, ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ। ਇਹ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹਦੇ ਵਿੱਚ ਸਾਡਾ ਨਾਮ ਆਇਆ, ਕਿਉਂਕਿ ਇਹਦੇ ਵਿੱਚ ਇਹ ਮੈਰਿਟ ਦੇ ਆਧਾਰ 'ਤੇ ਰੱਖੇ ਗਏ ਹਨ। ਅੱਜ ਜੋ ਵੀ ਬੱਚੇ ਸਿਲੈਕਟ ਹੋਏ ਉਹ ਸਭ ਮੈਰਿਟ ਦੇ ਆਧਾਰ 'ਤੇ ਰੱਖੇ ਗਏ ਹਨ, ਇਹ ਸਭ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਹਰਜੋਤ ਸਿੰਘ ਬੈਂਸ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਇਹੀ ਅਸੀਂ ਕਹਿੰਦੇ ਹਾਂ ਕਿ ਜਿੱਦਾਂ ਪੁਰਾਣੀ ਸਰਕਾਰਾਂ ਵਿੱਚ ਕਿਆ ਹੁੰਦਾ ਸੀਗਾ, ਉਹ ਸਿਫਾਰਿਸ਼ਾਂ ਦੇ ਕੰਮ ਉਹ ਚੱਲਦੇ ਸਨ, ਪਰ ਇਸ ਵਾਰ ਕਿਆ ਹੋਇਆ, ਉਹਨਾਂ ਦੇ ਆਉਣ 'ਤੇ ਸਾਨੂੰ ਇਹ ਖੁਸ਼ੀ ਹੋਈ ਕਿ ਉਹਨਾਂ ਨੇ ਸਾਨੂੰ ਮਤਲਬ ਰੱਖਿਆ, ਕਿਸ ਤਰ੍ਹਾਂ ਰੱਖਿਆ ਕਿ ਕੋਈ ਵੀ ਸਿਫਾਰਿਸ਼ ਦੇ ਆਧਾਰ 'ਤੇ ਨਹੀਂ ਰੱਖਿਆ ਗਿਆ। ਇਹ ਸਭ ਤੋਂ ਵੱਡੀ ਸਾਰਿਆਂ ਲਈ ਖੁਸ਼ੀਆਂ ਵਾਲੀ ਗੱਲ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਯੋਗੇਸ਼ ਲੋਟਾਵਾ ਦੀ ਰਿਪੋਰਟ, ਜਗਬਾਣੀ TV ਪੰਜਾਬ। ਜਾਨਲਾ।